ਉੜਾ ਅਖਲ ਦਾ ਪੀੜਦ ਮਾਗ ਮੇਰਾ ਤੁਰਿਆ ਜਦੋਂ ਮਜਮੂਨ ਦੀ ਪਾਲ ਅੰਦਰ ਡਿੱਠੇ ਜੇਠ ਮਹੀਨੇ ਪਠ ਲਾਉਂਦੇ ਚਾਕੀ ਥਲਾਂ ਦੀ ਫਰੀਖੇ ਆਲ ਅੰਦਰ ਬਾਹਾਂ ਲੰਮੀਆਂ ਕਾਰ ਕਰ ਵੈਣ ਪਾਉਂਦੀ ਡਿੱਠੀ ਇੱਕ ਮੋਟਿਆ ਰੇ ਸੰਹਾਲ ਅੰਦਰ ਮੱਛੀ ਵਾਂਗ ਬਰਿਤੇ ਤੇ ਪਈ ਤੜਫੇ ਖਜ਼ੀ ਹੋਈ ਸੀ ਕਿਰਨਾ ਦੇ ਜਾਲ ਅੰਦਰ ਹਾਏ ਸੱਜਰੀ ਸੱਜਰੀ ਕੋਈ ਲਾੜੀ ਗਾਨਾ ਮਹਿੰਦੀ ਪੇਸ਼ਕਨਾ ਦੇ ਦੱਸ ਦੇ ਸਨ ਜਿਉਂ-ਜਿਉਂ ਹਾੜਿਓ ਦੁੱਖਾਂ ਦੇ ਘਤ ਦੀ ਸੀ ਤਿਉਂ-ਤਿਉਂ ਜ਼ਰਰੇ ਪੈਰੇ ਦੇ ਹੱਸ ਦੇ ਸਨ ਬੁੱਲਾ ਲੋਦਾ ਚੱਲਿਆ ਇੱਕ ਐਸਾ ਕਿਣਕੇ ਰੇਦੇ ਉਡੋ-ਡੋਹਣ ਲੱਗੇ ਸੁਰਮੇ ਵਾਲੀਆਂ ਅੱਖੀਆਂ ਵਿੱਚ ਪੈ ਕੇ ਉਹਦੇ ਪਾਹ ਨੇਰ ਕੁਝ ਪਾਉਣ ਲੱਗੇ ਛੜੀ ਬਾਲੜੀ ਬੋਲਿਓ ਦਜਨ ਹੋ ਕੇ ਕਾਹ ਨੂੰ ਤੱਤੀ ਨੂੰ ਤੱਤਿਓ ਤਾਉਣ ਲੱਗੇ ਦੱਸਣ ਜੋਗੇ ਨਹੀਂ ਪੁੰਨੂ ਦਾ ਰਾਜੇ ਕਰ ਮੈਨੂੰ ਅੰਨੀ ਪੀ ਕਿਉਂ ਬਣਾਉਣ ਲੱਗੇ ਜ਼ਰਰੇ ਚਮਕ ਕੇ ਰੋਦੇ ਨਾਲ ਬੋਲੇ ਵਿਰਲੇ ਲੱਭਦੇ ਪ੍ਰੀਤ ਨੇ ਬਹਾਉਣ ਵਾਲੇ ਆਨੀ ਸਸਿਏ ਤੈਨੂੰ ਵੇ ਖਾਲ ਦਈਏ ਅਸੀਂ ਸੱਚ ਦਾ ਇਸ਼ਕ ਮਾਉਣ ਵਾਲੇ ਆਓ ਵੇਖਨੀ ਜਿਨ੍ਹਾਂ ਦੇ ਘਰਾਂ ਅੰਦਰ ਲక్ష్ਮੀ ਵਰਗੀਆਂ ਰਹਿੰਦੀਆਂ ਬਾਂਦੀਆਂ ਸਨ ਇਹ ਤਾਂ ਸੀਰ ਸੇ ਜਿਨ੍ਹਾਂ ਦੇ ਨਿਗਾਹ ਅੰਦਰ ਕਿਹੜਾ ਵਾਣ ਪੀ ਸੋਨਾ ਹੋ ਜਾਂਦੀਆਂ ਸਨ ਆਕੇ ਬੇੜੀਆਂ ਪਰ ਉਪਕਾਰ ਦੀਆਂ ਜਿਨ੍ਹਾਂ ਖਿੱਚ ਕੇ ਸੰਗਤਾਂ ਆਂਦੀਆਂ ਸਨ ਸਦਾ ਵਰਸੇ ਜਨਾ ਦੇ ਸਦਾ ਖੁੱਲੇ ਓਖੇ ਆਪ ਤੇ ਖਲਕ ਤਾਂ ਖਾਂਦੀਆਂ ਸਨ ਰਤਾ ਵੇਖਾਂ ਕਿ ਤਰ੍ਹਾਂ ਝੱਲਦੇ ਨੇ ਪਏ ਦੁੱਖ ਤੇ ਦੁੱਖ ਸੁਖਮਣੀ ਵਾਲੇ ਵਾਂਗ ਫੁੱਲਿਆਂ ਦੇ ਖਿੜਖਿੜਾ ਹੱਸਦੇ ਨੇ ਤੱਤੀ ਰੇ ਦੇ ਵਿੱਚ ਪੀ ਕਣੀ ਵਾਲੇ ਰਾਮਦਾਸ ਗੁਰ ਪਿਆਰੇ ਦੇ ਚੰਨ ਉੱਤੇ ਹੁੰਦੇ ਜ਼ੁਲਮ ਪੈ ਕੇ ਡੇਹਾ ਨੇਰ ਦੇ ਨੇ ਲੋਹੇ ਲਾਖੜੀ ਤਪੀ ਹੈ ਲੋਹੇ ਠਾਂ ਉਤੋਂ ਰੇ ਤੱਤੀ ਪਾਪੀ ਕੇਰ ਦੇ ਨੇ ਉਧਰ ਜ਼ੁਲਮ ਇਹ ਹੁੰਦੇ ਨੇ ਜ਼ਾਲਮਾਂ ਦੇ ਇਧਰ ਸਿਦਕੇ ਗੁਰੂ ਜੀ ਸ਼ੇਰ ਦੇ ਨੇ ਤਤੀ ਲੋ ਨੂੰ ਸਮਝ ਕੇ ਮ੍ਰੇਗਿ ਸ਼ਾਲਾ ਮਾਣਾ ਪਿਆਰੇ ਦੇ ਨਾਮ ਦੀ ਫੇਰਦੇ ਨੇ ਏਉ ਬਲੀ ਨੇ ਜਨਾ ਦੀ ਦੀਦ ਕਾਰਣ ਮੀਆਂ ਮੀਰ ਜੇ ਪੀਰ ਪੀ ਆਮ ਦੇ ਸੰਹ ਏਉ ਸ਼ਾਨ ਸ਼ਾਜਨਾ ਦੇ ਚਰਨ ਅੰਦਰ ਅਕਬਰ ਜਹੇ ਆਸ਼ੀਸ਼ ਨੇ ਆਮ ਦੇ ਸੰਹ ਜਿਵੇਂ ਜਿਵੇਂ ਨਮਰੋਦ ਦੇ ਚਖਾ ਵਾਂਗੂ ਆਮੜਾ ਲੋਹੇ ਠਾਂ ਬਲਦਾ ਅੱਗ ਦਾ ਏ ਕਣ ਕੇ ਪੱਤ ਵਾਂਗੂੰ ਤਿਉ ਤਿਉ ਆਖਦੇ ਨੇ ਮਿੱਠਾ ਪਾਣਾ ਪਿਆਰੇ ਦਾ ਲੱਗਦਾ ਏ ਜਿਉਂ-ਜਿਉਂ ਦੇ ਪਵਿੱਤਰ ਦਾਲ ਹੋ ਸਰਦਾ ਤਿਉ ਤਿਉ ਆਤਮਾ ਦਾ ਦੀਵਾ ਜਗਦਾ ਏ ਲੱਖਾਂ ਜ਼ੁਲਮ ਸਰੀਰ ਤੇ ਪਏ ਹੋਵਣ ਅੰਜੂ ਇੱਕ ਨਾ ਅੱਖਿਓ ਵਗਦਾ ਏ ਪਰਲੋਤੀਕ ਪੰਥ ਦੀਨ ਸਾਰਾ ਪੰਜਮ ਗੁਰੂ ਦੀਆਂ ਮਿਹਰਬਾਨੀਆਂ ਦਾ ਦੁੱਖ ਝੱਲ ਕੇ ਆਪਣੀ ਜਾਨ ਉੱਤੇ ਰਾਹ ਦੱਸ ਗਏ ਜਿਹੜੇ ਕੁਰਬਾਨੀਆਂ ਦਾ ਮੀਆਂ ਮੀਰ ਜੀ ਆਖਦੇ ਗੁਰੂ ਸਾਹਿਬ ਵੇਖ ਸਕਾਂ ਨਾ ਅਤਿਆਚਾਰ ਅੰਦਰ ਹੋਵੇ ਹੁਕਮ ਤਾਂ ਹੋਣ ਬਰਬਾਦ ਜ਼ਾਲਮ ਲੱਗੇ ਅੱਗ ਦਰਬਾਰ ਸਰਕਾਰ ਅੰਦਰ ਆਸ਼ਕ ਸਾਦਕੇ ਆਖ ਦੇ ਪੀਰ ਪਿਆਰੇ ਸਦਾ ਰਹਿਣਾ ਨਹੀਂ ਏ ਸੰਸਾਰ ਅੰਦਰ ਲੈ ਕੇ ਸੀਸ ਭੀ ਹੋਵੇ ਯਾਰ ਰਾਜੀ ਤਾਂ ਵੀ ਖੱਟੀ ਏ ਇਸ ਵਿਹਾਰ ਅੰਦਰ ਆਸ਼ਕ ਆਪ ਹੀ ਮੋਹ ਬਸਰੇ ਨਾ ਹੋ ਕੇ ਰਾਜੀ ਰਾਜਾ ਤੇ ਬਹਿ ਜਾਵੇ ਮੰਜਲ ਪ੍ਰੇਮ ਦੇ ਹੁੰਦੀ ਏ ਕਠਨ ਡਾਡੀ ਕਰਕੇ ਸੀ ਅਦਵਾਟੇ ਨਾ ਰਹਿ ਜਾਵੇ ਸੱਸੀ ਪੁੱਛਿਆ ਰੇ ਦੇ ਘਰਿਆਂ ਨੂੰ ਦੱਸੋ ਫੁੱਲੇ ਕਿਹੜੇ ਪਰਿਵਾਰ ਦਾ ਏ ਇਬਰਾਹੀਮ ਵਾਂਗੂੰ ਚੜਕੇ ਚਿਖਾ ਉੱਤੇ ਮਜ਼ਾ ਲੁੱਟਦਾ ਪਿਆ ਗੁਲਜ਼ਾਰ ਦਾ ਏ ਰਿੱਦੇ ਸਿੱਦੇ ਗੁਰਾਈ ਦਾ ਬਾਲ ਹੁੰਦੇ ਪਿਆ ਦੁੱਖ ਤੇ ਦੁੱਖ ਸਹਾਰਦਾ ਏ ਲੱਖਾਂ ਪੁੰਨ ਜੇ ਇਸ ਤੋਂ ਕਰਾਂ ਸਦਕੇ ਨਾ ਵੀ ਮੁੱਲ ਨਾ ਇਹ ਦੇ ਦੀਦਾਰ ਦਾ ਏ ਜ਼ਰੇ ਨਿਕਲ ਕੇ ਅੱਖਿਓਂ ਹਾਲ ਸਾਰਾ ਸ਼ਾਂਤਮਈ ਹੋ ਤਾਰਦਾ ਕਹਿਣ ਲੱਗੇ ਇਧਰ ਸੱਸੀ ਵਿਚਾਰੀ ਦੇ ਨੇਤਰਾਂ ਚੋਂ ਵਾਂਗ ਰਾਵੀ ਦੇ ਅਥਰੂ ਵਹਿਣ ਲੱਗੇ ਸੇਵਾਦਾਰ ਪੀਜਨਾ ਦੇ ਜਾਗ ਅੰਦਰ ਰਤਬੇ ਖਾਸ ਲੁਕਮਾਨ ਦੇ ਪਾਵਦੇ ਨੇ ਮਾਰ ਟੋਕਰੀ ਗਾਰ ਦੀ ਰੋਗੀਆਂ ਤੇ ਕੁੰਦਣ ਵਰਗੀਆਂ ਦੀਆਂ ਬਾਣਾਮ ਦੇ ਨੇ ਤਰਨ ਤਾਰਨ ਹ ਸਾਫ ਗਵਾ ਨਾਲੇ ਕੋੜੀ ਪਿੰਗਲੇ ਵੀ ਗੀਤ ਗਾਉਂਦੇ ਨੇ ਰੋਂਦੇ ਆਉਂਦੇ ਢੋਲੀਆਂ ਵਿੱਚ ਪੈ ਕੇ કરી ਹੱਸਦੇ ਹੱਸਦੇ ਜਾਮਦੇ ਨੇ ਸ਼ਬਦਾਂ ਬਾਣੀਆਂ ਦੀ ਬੱਦੀ ਭੀੜ ਪਿਆਰੀ ਇਹਨਾ ਗੁਰੂ ਗ੍ਰੰਥ ਕੇਤਾਬ ਅੰਦਰ ਪੰਜਮ ਗੁਰੂ ਮਹਾਰਾਜੇ ਸ਼ਰਫ ਜਿਨਾ ਸੋਮੇ ਅੰਮ੍ਰਿਤ ਵਗਾਏ ਪੰਜਾਬੇ ਅੰਦਰ